ਇਹਦੇ ਦੇ ਲੋਕਾਂ ਦਾ ਲੱਕ ਤੋੜ ਛੱਡਿਆ, ਅਸੀਂ ਪਰਸੋਂ ਤੋਂ ਜਨਾਬ ਭੁੱਖੇ ਮਰਨ ਡਏ ਹਾਂ, ਨਾ ਕੱਲ੍ਹ ਨਾ ਵੇਚਿਆ ਨਾ ਅੱਜ ਵੇਚਿਆ। ਪੂਰੇ ਮਾਈ ਕੋਲ 200 ਰੁਪਇਆ ਲਿਆ ਕੇ ਜਨਾਬ ਰਾਸ਼ਤਾ ਕੀਤਾ ਵਾ, ਅਤੇ ਦੁਨੀਆ ਦੇ ਦੇਖ ਲਓ ਵੀ ਜਵਾਨ ਲਿਆ ਗਿਆ, ਇੱਥੇ ਘੁੰਮਦਾ ਹੀ ਹੈਗੀ ਆ। ਨਹੀਂ, ਇਸ ਹਕੂਮਤ ਨੇ ਜਿਹੜਾ ਵਾ ਤੁਹਾਨੂੰ ਕੋਈ ਰਿਲੀਫ ਦਿੱਤਾ ਵਾ, ਇਹਦੇ ਵਿੱਚ ਤੁਹਾਨੂੰ ਕੋਈ ਫਰਕ ਮਹਿਸੂਸ ਹੋਇਆ ਵਾ? ਇਹ ਦਿੱਤਾ ਇਹ ਭਾਜੀ, ਲੋਕਾਂ ਦਾ ਕਰਜ਼ਾ ਸਿਰ ਤੋਂ ਚੜੀ ਜਾਂਦਾ ਵਾ, ਭੁੱਖੇ ਮਰਨ ਡਿਆ, ਗੱਲ ਤੋਂ ਗਾਹ ਸਾਡਾ ਨੂੰ ਮੂੰਹ ਕਰਨ ਡਿਆ, ਅਸੀਂ ਸਾਰੀ ਦਿਹਾੜੀ ਚਰਸੀਆਂ ਵਾਂਗੂ ਬੈਠੇ ਰਹੀਦਾ ਵਾ। ਸੁਬਹ ਦਾ ਤੁਸੀਂ ਹੁਣ ਟਾਈਮ ਕਾਫੀ ਹੋ ਗਿਆ ਵਾ, ਅਤੇ ਹਜੇ ਤੱਕ ਕੋਈ ਸੇਲ ਹੋਈ ਹੈ ਤੁਹਾਡੀ? ਅਲਹਮਦੁਲਿਲਾ ਕੋਈ ਰੁਪਈਆ ਨਹੀਂ ਵੱਡਾ ਜਨਾਬ, ਇੱਦਾਂ ਘਰ ਦੇਖੀ ਜਾਣਾ ਸ਼ਾਇਦ ਕੋਈ ਆ ਜਾਵੇ ਬੰਦੇ। ਕਿੰਨੇ ਦਿਨ ਹੋ ਗਏ ਨੇ ਤੁਸੀਂ ਜਿਹੜਾ ਵਾ ਇਸ ਵਿੱਚ ਜਾ ਰਹੇ? 3 ਦਿਨ ਤੋਂ ਜਨਾਬ ਇਹੀ ਮਤਲਬ ਰੁਟੀਨ ਹੈ। ਅਤੇ ਪਿਛਲੇ ਜਿਹੜੇ ਕੁਛ ਮਾਹ ਗੁਜ਼ਰੇ ਆ ਉਹਨਾਂ ਵਿੱਚ ਕੀ ਸੂਰਤ ਹਾਲ ਰਹੀ ਆ? ਇਹ ਸੂਰਤ ਹਾਲ ਰੁਪਈਆ ਸਿਰ ਚੜਾਏ ਭਾਈ,